ਸੋ ਹਾਂਜੀ ਬੱਚਿਓ ਹੁਣ ਇਹ 9ਵੀਂ ਜਮਾਤ ਵਾਲਿਆਂ ਦਾ ਪੰਜਾਬੀ A ਦਾ ਪੇਪਰ ਸੋ ਬੱਚਿਓ ਥਿਸ ਇਜ਼ ਸੈਂਪਲ ਪੇਪਰ 1 ਵੈਰੀ ਇੰਪੋਰਟੈਂਟ ਸੋ ਬੱਚਿਓ ਇਹਦਾ ਸੋਲੂਸ਼ਨ ਬਹੁਤ ਹੀ ਜਲਦੀ ਤੁਹਾਨੂੰ ਅਪਲੋਡ ਕਰ ਦਿੱਤਾ ਜਾਣਾ ਹੈ ਠੀਕ ਹੈ ਇੱਕ ਵਾਰੀ ਦੇਖ ਲਓ ਇਹਦੇ ਵਿੱਚ ਕਿਹੜੇ ਕਿਹੜੇ ਕੁਐਸਚਨਸ ਹੈ ਜਿਵੇਂ ਕਿ ਵਿਸਾਖੀ ਦੇ ਮੇਲੇ ਦੇ ਦਿਨ ਕਿਹੜੀ ਫਸਲ ਪੱਕ ਜਾਂਦੀ ਹੈ ਸੋ ਵਗਦੇ ਪਾਣੀ ਕਵਿਤਾ ਦੀ ਰਚਨਾ ਕਿਸ ਦੀ ਹੈ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਠੀਕ ਹੈ ਸੋ ਇਹ ਕੁਐਸਚਨਸ ਪੇਪਰ ਹੈ ਬੱਚਿਓ ਇੱਕ ਵਾਰੀ ਧਿਆਨ ਨਾਲ ਦੇਖ ਲਓ ਇਹਦਾ ਸੋਲੂਸ਼ਨ ਬਹੁਤ ਹੀ ਜਲਦੀ ਸ਼ਾਮ ਤੱਕ ਅਪਲੋਡ ਹੋ ਜਾਣਾ ਹੈ ਠੀਕ ਹੈ ਸੋ ਕਮੈਂਟ ਕਰਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਦੇਖੋ ਬੱਚਿਓ ਉਸ ਤੋਂ ਬਾਅਦ ਬੱਚਿਓ ਕੇਂਦਰੀ ਭਾਵਤਾ ਤੇ ਦੋ ਆਏ ਆ ਇੱਕ ਪਿਆਲਾ ਪਾਣੀ ਤੇ ਟੁਕੜੀ ਚੱਕ ਤੋਂ ਨਿਆਰੀ ਦਾ ਲਿਖਣਾ ਹੈ ਤੁਸੀਂ ਨੈਕਸਟ ਬੱਚਿਓ ਵੱਡਿਆਂ ਦਾ ਦਾਜ ਜਗਲੀ ਵਿੱਚ ਦੋਨਾਂ ਵਿੱਚੋਂ ਇੱਕ ਦਾ ਸਾਰ ਲਿਖਣਾ ਹੈ ਤੁਸੀਂ ਠੀਕ ਹੈ ਉਸ ਤੋਂ ਬਾਅਦ ਬੱਚਿਓ ਤੁਹਾਡੀ ਕੁਐਸਚਨਸ ਕੋਈ ਦੋ ਕੁਐਸਚਨਸ ਕਰਨੇ ਹੋਣੇ ਨਾਲ ਇਹਦੇ ਵਿੱਚੋਂ ਨੈਕਸਟ ਹੈ ਬੱਚਿਓ ਤੁਸੀਂ ਕਿਸੇ ਇੱਕ ਕਹਾਣੀ ਦਾ ਸਾਰ ਲਿਖਣਾ ਹੈ ਬਸ਼ੀਰਾ ਜਾਂ ਜਨਮ ਦਿਨ ਠੀਕ ਹੈ ਅਗਸਤ ਵਾਲੇ ਬੱਚੇ ਦੇਖੇ ਕੁਐਸਚਨਸ ਹੈ ਫਿਰ ਫਿਰ ਬੰਦੇ ਦੇ ਵਿੱਚੋਂ ਕੋਈ ਤਿੰਨ ਕੁਐਸਚਨਸ ਕਰਨੇ ਹਨ ਫਿਰ ਇੱਕ ਵਾਰਤਲਾਪ ਕਰਨਾ ਹੈ ਠੀਕ ਹੈ ਸੋ ਬੱਚੇ ਦਾ ਅਨਸਰ ਤੁਹਾਨੂੰ ਸ਼ਾਮ ਤੱਕ ਅਪਲੋਡ ਹੋ ਜਾਣਾ ਹੈ ਸੋ ਕੀਪ ਲਰਨਿੰਗ ਕੀਪ ਸਮਾਈਲਿੰਗ